ਮੈਂ ਤੇਰੇ ਭਵਨ ਦੇ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ, ਹੋਮ ਦੀਆਂ ਬਲੀਆਂ ਦੇ ਨਾਲ ਆਵਾਂਗਾ, ਮੈਂ ਆਪਣੀਆਂ ਸੁਖਨਾ ਤੇਰੇ ਅੱਗੇ ਪੂਰੀਆਂ ਕਰਾਂਗਾ, ਆਪਣੀਆਂ ਸੁਖਨਾ ਤੇਰੇ ਅੱਗੇ ਪੂਰੀਆਂ ਕਰਾਂਗਾ, ਜਿਹੜੀਆਂ ਮੇਰੇ ਬੁੱਲਾਂ ਤੋਂ ਨਿਕਲੀਆਂ, ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹੋਂ ਮੰਨਿਆ, ਇਹ ਸੁਖਨਾ ਮੰਨਿਆ। ਬੋਲੋ ਹਾਲੇਲੂਯਾ। ਹੁਣ ਇਸ ਵਚਨ ਨੂੰ ਦੇ ਉੱਤੇ ਗੌਰ ਕਰਾਂਗੇ, ਮੰਨਣ ਕਰਾਂਗੇ। ਸੁਣੀ ਬੜੇ ਧਿਆਨ ਦੇ ਨਾਲ, ਇਹ ਸੁਖਨਾ ਕਦੋਂ ਸੁਖੀਆਂ? ਜਦੋਂ ਮੈਂ ਕੀ ਸਾਂ? ਬਿਮਾਰ ਸਾਂ, ਜਦੋਂ ਮੈਂ ਦੁਖੀ ਸਾਂ। ਬਹੁਤ ਸਾਰੇ ਭੈਣ ਭਰਾ ਕਦੋਂ ਸੁਖਣਾ ਸੁੱਖਦੇ ਨੇ? ਜਦੋਂ ਕੀ ਹੁੰਦਾ? ਉਹ ਬਹੁਤ ਬਿਮਾਰੀ ਦੇ ਵਿੱਚ ਹੁੰਦਾ, ਜਦੋਂ ਦੁਖੀ ਦੁੱਖ ਦੇ ਵਿੱਚ ਹੁੰਦਾ, ਤੇ ਉਦੋਂ ਕੀ ਕਰਦਾ? ਉਦੋਂ ਸੁਖਣਾ ਸੁੱਖਦਾ ਹੈ ਕਿ ਹੇ ਮੇਰੇ ਪਿਤਾ, ਹੇ ਪਰਮੇਸ਼ਵਰ, ਹੇ ਪ੍ਰਭੂ, ਮੇਰੀ ਬਿਮਾਰੀ ਪ੍ਰਭੂ ਜੇ ਕਿਤੇ ਤੂੰ ਹਟਾ ਦੇਵੇ ਤੇ ਮੈਂ ਤੇਰੇ ਭਵਨ ਦੇ ਵਿੱਚ ਇਹ ਸੁਖਣਾ ਸੁੱਖਦੀ ਹਾਂ, ਤੇ ਸੁਖਣਾ ਪ੍ਰਭੂ ਮੈਂ ਆਪ ਕੁਝ ਕਰਾਂਗਾ ਜਾਂ ਮੈਂ ਕਰਾਂਗੀ, ਤੇ ਪ੍ਰਭੂ ਤੂੰ ਮੇਰੀ ਬਿਮਾਰੀ ਨੂੰ ਹਟਾ ਦੇਣਾ, ਜਾਂ ਮੇਰੀ ਨਹੁੰ ਦੇ ਉੱਤੇ ਕਿਰਪਾ ਕਰ ਦੇਣੀ, ਉਹਨੂੰ ਬੇਟਾ ਦੇਣਾ, ਤੇ ਮੈਂ ਆ ਸੁਖਣਾ ਤੇਰੇ ਅੱਗੇ ਸੁੱਖਦੀ ਹਾਂ, ਤੇ ਮੈਂ ਤੇਰੇ ਭਵਨ ਦੇ ਵਿੱਚ ਸੁਖਣਾ ਦੇ ਨਾਲ ਆਵਾਂਗੀ। ਜਿਹੜੀਆਂ ਮੈਂ ਆਪਣੇ ਬੁੱਲਾਂ ਤੋਂ ਸੁਖੀਆਂ ਸੀ, ਇਹਨਾਂ ਸੁਖਣਾ ਦੇ ਨਾਲ ਮੈਂ ਤੇਰੇ ਭਵਨ 'ਚ ਆਵਾਂਗੀ, ਆਵਾਂਗਾ। ਬਹੁਤ ਸਾਰੇ ਭੈਣ ਭਰਾ ਨੇ 10 ਦਿਨ ਦਾ, 5 ਦਿਨ ਦਾ ਰੋਜ਼ਾ ਰੱਖ ਕੇ ਪਰਮੇਸ਼ੁਰ ਦੇ ਅੱਗੇ ਸੁਖਣਾ ਸੁੱਖ ਕੇ, ਤੇ ਆਪਣਾ ਕਈ ਭੈਣਾਂ ਆਪਣੀ ਬਿਮਾਰੀ ਦੀ ਰਿਪੋਰਟ ਅੱਗੇ ਰੱਖ ਕੇ, ਆਪਣੇ ਮੁੰਡੇ ਦਾ ਪਾਸਪੋਰਟ ਰੱਖ ਕੇ, ਆਪਣੀ ਕੁੜੀ ਦਾ ਪਾਸਪੋਰਟ ਰੱਖ ਕੇ 10 ਦਿਨ ਦਾ ਰੋਜ਼ਾ ਰੱਖ ਕੇ, ਤੇ ਇੱਕੋ ਹੀ ਦੁਆ ਕਰਦੇ ਰਹਿੰਦੇ ਨੇ, ਹੇ ਪ੍ਰਭੂ ਮੇਰਾ ਪੁੱਤਰ ਬਾਹਰ ਚਲਿਆ ਜਾਏ, ਹੇ ਪ੍ਰਭੂ ਮੇਰਾ ਪੁੱਤਰ ਮੈਨੂੰ ਐ ਵੀਜ਼ਾ ਮਿਲ ਜੇ, ਹੇ ਮੇਰੀ ਰਿਪੋਰਟ ਆਈ ਆ ਪੱਥਰੀ ਨਿਕਲ ਜਾਏ, ਬਿਮਾਰੀ ਨਿਕਲ ਜਾਏ, ਤੇ ਮੈਂ ਤੇਰੇ ਭਵਨ ਦੇ ਵਿੱਚ ਆਹ ਕੁਝ ਲੈ ਕੇ ਜਾਊਂਗੀ, ਮੈਂ ਤੇਰੇ ਭਵਨ ਦੇ ਵਿੱਚ ਏਦਾਂ ਦਾ ਲੰਗਰ ਲਾਉਂਗੀ, ਮੈਂ ਤੇਰੇ ਭਵਨ ਦੇ ਵਿੱਚ ਇਹ ਸੀ ਲਵਾਉਂਗੀ, ਮੈਂ ਤੇਰੇ ਭਵਨ ਦੇ ਵਿੱਚ ਸਾਊਂਡ ਦਾ ਸਾਊਂਡ ਸਿਸਟਮ ਲੈ ਕੇ ਦਊਂਗੀ, ਮੈਂ ਤੇਰੇ ਭਵਨ ਦੇ ਵਿੱਚ ਏਦਾਂ ਕਰੂੰਗੀ। ਤੇ ਜਦੋਂ ਪ੍ਰਭੂ ਨੇ ਕਰਤਾ, ਫਿਰ ਦੁਆ ਵੀ ਬੰਦ, ਰੋਜ਼ੇ ਵੀ ਬੰਦ, ਤੇ ਫਿਰ ਸੁਖਣਾ ਵੀ ਬੰਦ। ਬੋਲੋ ਹਾਲੇਲੂਯਾ, ਹਾਲੇਲੂਯਾ। ਉਸਨੇ ਭਗਤੀ ਕਿਹਦੀ ਕੀਤੀ? ਕਿਹਦੀ ਭਗਤੀ ਕੀਤੀ? ਕਿਹਦੀ ਦੁਆ ਕੀਤੀ? ਕਿਹਦੇ ਲਈ 10 ਦਿਨ ਦੇ ਰੋਜ਼ੇ ਰੱਖੇ? ਦੱਸੋ, ਪਹਿਲੇ ਇੱਕ ਵਾਰੀ ਬੋਲ ਦੋ ਹਾਲੇਲੂਯਾ, ਹੋਰ ਉੱਚੀ ਆਵਾਜ਼ ਨਾਲ ਬੋਲ ਦੋ।
ਤੇ ਜਿਹੜਾ ਸਾਡੇ ਵਿੱਚ ਵੀ ਹੈ। ਹੁਣ ਇਹ ਜਿਹੜੇ 10 ਦਿਨ ਦੇ ਰੋਜੇ ਰੱਖੇ, ਸੁਖਣਾ ਵੀ ਸੁਖੀ, ਆਪਣੀਆਂ ਰਿਪੋਰਟਾਂ ਆਪਣੇ ਅੱਗੇ ਰੱਖ ਕੇ 10 ਦਿਨ ਲਗਾਤਾਰ ਰੋਜੇ ਰੱਖੇ, ਨਾ ਕੁਝ ਰੋਟੀ ਖਾਧੀ ਨਾ ਚਾਹ ਪੀਤੀ, ਤੇ ਬਸ ਪ੍ਰਭੂ ਦੇ ਅੱਗੇ ਦੁਆ ਕੀਤੀ, ਹੇ ਪ੍ਰਭੂ ਮੇਰੀ ਬਿਮਾਰੀ ਬੜੀ ਵੱਡੀ ਹੋ, ਹੇ ਪ੍ਰਭੂ ਦੋ ਰਸੌਲੀਆਂ ਆ ਗਈਆਂ, ਹੇ ਪ੍ਰਭੂ ਪੱਥਰੀ ਆ ਗਈ ਹੋ, ਹੇ ਪ੍ਰਭੂ ਮੇਰਾ ਮੁੰਡਾ ਬਾਹਰ ਚਲ ਜੇ, ਹੇ ਪ੍ਰਭੂ ਹੁਣ ਟਾਈਮ 8ਵਾਂ ਮਹੀਨਾ ਹੋ ਗਿਆ, ਹੋ ਚੱਲਿਆ 9ਵਾਂ ਚੜ ਚੱਲਿਆ, ਮੇਰੀ ਨੌ ਨੂੰ ਮੇਰੀ ਧੀ ਨੂੰ ਮੁੰਡਾ ਦਵੀ, ਮੁੰਡਾ ਦੇ ਦੀ ਪ੍ਰਭੂ ਤੇਰੇ ਭਵਨ ਦੇ ਵਿੱਚ ਮੈਂ ਵੱਡੇ ਢੋਲ ਦੇ ਨਾਲ ਆਵਾਂ। ਬੋਲੋ ਹਾਲੇਲੂਯਾ। ਹੁਣ ਇਹ ਪ੍ਰਾਰਥਨਾ ਤੇ ਰੋਜ਼ਾ ਕਿਹਦੇ ਲਈ ਰੱਖਿਆ, ਕਿਹਦੇ ਕਰਕੇ ਰੱਖਿਆ? ਹੈ ਹੁਣ ਇਹ ਕਿਹਦੀ ਪੂਜਾ ਹੋਈ? ਰੋਜ਼ੇ ਦੇ ਵਿੱਚ ਪੂਜਾ ਕਿਹਦੀ ਕੀਤੀ? ਪਾਸਪੋਰਟ ਦੀ ਤੇ ਰਿਪੋਰਟ ਦੀ, ਜਿਹੜੀ ਰਿਪੋਰਟ ਆ ਗਈ ਦੋ ਰਸੌਲੀਆਂ ਵਾਲੀ। ਪੂਜਾ ਯਸੂ ਦੀ ਨਹੀਂ ਹੋ ਰਹੀ, ਇਹ ਪੂਜਾ ਜਿਹੜੀ ਹੋ ਰਹੀ ਆ, ਮੇਰਾ ਮੁੰਡਾ ਕੈਨੇਡਾ ਚਲ ਜੇ ਪ੍ਰਭੂ ਕੈਨੇਡਾ ਚਲ ਜੇ, ਮੈਂ ਆ ਸੁਖਣਾ ਸੁਖ ਦੀਆਂ। ਬੋਲੋ ਹਾਲੇਲੂਯਾ। ਸੁਖਣਾ ਸੁਖ ਦੀ ਨੂੰ ਆ ਦੇਣ ਆਇਆ ਹੈ। ਬੋਲੋ ਹਾਲੇਲੂਯਾ। ਕੀ ਕਲਾਮ ਦੇ ਵਿੱਚ ਲਿਖਿਆ, ਜਿਹੜੀਆਂ ਇਹ ਸੁਖਣਾ ਮੇਰੇ ਬੁੱਲਾਂ ਨੇ ਕੀ ਕੀਤਾ? ਬੁੱਲਾਂ ਤੋਂ ਨਿਕਲੀਆਂ ਇਹ ਸੁਖਣਾ, ਸੰਕਟ ਦੇ ਵੇਲੇ ਆਪਣੇ ਮੂੰਹੋਂ ਮੰਨੀਆਂ, ਦੁੱਖ ਦੇ ਵੇਲੇ ਮੰਨੀਆਂ। ਬੋਲੋ ਹਾਲੇਲੂਯਾ। ਦੇਖਿਆ ਪਰਮੇਸ਼ਰ ਏਦਾਂ ਕਰਦਾ, ਮਨਾ ਲੈਂਦਾ, ਨਾ ਲੱਡੂ ਲਿਆ ਧਿਆਨ ਲਿਆ ਦਿੰਦਾ। ਬੋਲੋ ਹਾਲੇਲੂਯਾ। ਨਾ ਕੁਝ ਕਰ, ਆਪੇ ਹੀ ਕਰਾ ਲੈਂਦਾ ਹੈ। ਬੋਲ ਦੋ। ਮੈਂ ਕਈ ਵਾਰੀ ਦੇਖਾ, ਕਈ ਨੇ ਪੂਰਾ ਇੱਕ ਸਾਲ ਨਹੀਂ ਦੁਆ ਕੀਤੀ ਹੋਏਗੀ, 8 ਮਹੀਨੇ ਉਸ ਨੌ ਨੇ ਵੀ ਨਹੀਂ ਦੁਆ ਕੀਤੀ ਹੋਏਗੀ, ਉਹਨੇ 8 ਮਹੀਨੇ ਕਦੀ ਯਸੂ ਨੂੰ ਯਾਦ ਨਹੀਂ ਕੀਤਾ ਹੋਏਗਾ, ਕਦੀ ਪਾਸਟਰ ਨੂੰ ਨਹੀਂ ਬੁਲਾਇਆ ਹੋਏਗਾ, ਕਦੇ ਫੋਨ ਨਹੀਂ ਕੀਤਾ ਹੋਏਗਾ, ਕਦੇ ਉਹਨੇ ਦੁਆ ਨਹੀਂ ਕਰਵਾਈ ਹੋਏਗੀ, ਨਾ ਉਹਨੇ ਕੀਤੀ ਹੋਏਗੀ, ਨਾ ਉਹਨੇ ਰੋਜ਼ਾ ਰੱਖਿਆ ਹੋਏਗਾ, ਉਹਨੇ ਕਦੀ ਭਵਨ ਵੀ ਨਹੀਂ ਆਈ ਹੋਏਗੀ। ਐਤਵਾਰ ਤੇ ਉਹਨੂੰ ਕਹੋ ਹੀ ਨਾ, ਐਤਵਾਰ ਵੀ ਨਹੀਂ ਆਏ ਹੋਏਗੀ। ਜਦੋਂ 8ਵਾਂ ਮਹੀਨਾ ਚੜ ਗਿਆ ਹੈ, ਤੇ ਫਿਰ ਭਾਜੀ ਦੋ ਰੋਜ਼ੇ ਰੱਖ ਲਓ ਹਾਂ ਸਾਡੇ ਘਰ 'ਚ, ਹੈਂ ਪ੍ਰਭੂ ਮੈਨੂੰ ਐਤਕਾ ਬੇਟਾ ਦੇ ਦੇਵੇ, 3 ਕੁੜੀਆਂ ਹੋ ਗਈਆਂ ਨੇ, ਪ੍ਰਭੂ ਐਤਕਾ ਮੈਨੂੰ ਆਹ ਕਰ ਦੇ, ਹੈਂ ਵੇਖ ਲਾ ਪ੍ਰਭੂ, ਹੈਂ ਵੇਖ ਲਾ ਪ੍ਰਭੂ, ਏਦਾਂ ਕਰਦੇ ਐਤਕਾ ਮੈਂ 3 ਰੋਜ਼ੇ ਰੱਖਣੀ ਹੋ, ਮੈਂ ਤੇਰੇ ਦਾਸ ਨੂੰ ਬੁਲਾਉਣਾ ਹੀ, ਮੈਂ ਤੇਰੇ ਦਾਸ ਨੂੰ ਪਿੰਟ ਕੋਟ ਸਵਾ ਕੇ ਦੇਣਾ ਹੀ, ਤੇਰੇ ਦਾਸ ਨੂੰ ਮੁੰਦਰੀ ਪਾਉਣੀ ਆ। ਬੰਦ ਹਾਲੇ ਲਈ ਆ। ਹੁਣ ਇਹ ਕੰਮ ਕਿਹਦੇ ਨੇ ਕੀਤਾ? ਕਿਹਨੂੰ ਲਾਲਚ ਦਿੰਦੇ, ਕਿਹਨੂੰ ਰਿਸ਼ਵਤ ਦਿੰਦੇ? ਹੈ ਰਿਸ਼ਵਤ, ਹੈ ਰਿਸ਼ਵਤ ਦੇ ਕੇ। ਬੋਲੋ ਹਾਲੇਲੂਯਾ। ਭੈਣਾ ਮੁੰਡਾ ਮੈਂ ਬੜਾ ਔਖਾ ਹੋ ਕੇ ਲਿਆਈ, ਮੈਂ ਪ੍ਰਭੂ ਦੇ ਅੱਗੇ 3 ਰੋਜ਼ੇ ਰੱਖੇ ਸੀਗੇ, ਹੈ ਫਿਰ ਮੈਂ ਜਾ ਕੇ ਮੁੰਡਾ ਲਿਆ, ਪਾਸਟਰ ਜੀ ਨੂੰ ਪਿੰਟ ਕੋਟ ਸਵਾ ਕੇ ਦਿੱਤਾ, ਮੈਂ ਪਾਸਟਰ ਜੀ ਨੂੰ ਮੁੰਦਰੀ ਪਾਈ, ਫਿਰ ਜਾ ਕੇ ਮੁੰਡਾ ਮਿਲਿਆ ਮੈਨੂੰ। ਬੋਲੋ ਹਾਲੇਲੂਯਾ। ਨੀ ਮੈਂ 10 ਦਿਨ ਰੋਜ਼ੇ ਰੱਖੇ, ਫਿਰ ਮੇਰਾ ਮੁੰਡਾ ਬਾਹਰ ਗਿਆ। ਬੋਲੋ ਹਾਲੇਲੂਯਾ। ਇਹਦੇ ਵਿੱਚ ਯਸੂ ਦੇ ਨਾਲ ਕੋਈ ਉਹਨੂੰ ਲੈਣਾ ਦੇਣਾ ਨਹੀਂ ਆ,
ਪ੍ਰਭੂ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਆ, ਪ੍ਰਭੂ ਨਾਲ ਕੋਈ ਉਹਦਾ ਮੇਲ ਜੋਲ ਨਹੀਂ ਆ। ਮਤਬਲੀ ਲੋਕ, ਮਤਬਲੀ ਦੁਨੀਆ ਮਤਬਲ ਦੇ ਨਾਲ ਪ੍ਰਭੂ ਕੀ ਚਾਹੁੰਦੇ ਨੇ? ਖੁਸ਼ੀ ਦੇ ਨਾਲ ਕੀ ਕਰਨ ਮੇਰਾ? ਪ੍ਰਭੂ ਕਹਿੰਦਾ ਖੁਸ਼ੀ ਦੇ ਨਾਲ ਕੀ ਕਰੋ? ਮੇਰਾ ਧੰਨਵਾਦ ਕਰੋ। ਕਦੋਂ ਕਰੋ? ਦੁੱਖ ਦੇ ਵਿੱਚ ਹੋ ਫਿਰ ਵੀ ਕੀ ਕਰੋ? ਮੇਰਾ ਧੰਨਵਾਦ ਕਰੋ। ਕੱਲੇ ਸੁੱਖ ਦੇ ਵਿੱਚ ਹੀ ਥੋੜਾ, ਦੁੱਖ ਦੇ ਵਿੱਚ ਵੀ ਕੀ ਕਰੋ? ਪਰਮੇਸ਼ਵਰ ਦਾ ਧੰਨਵਾਦ ਕਰੋ। ਇੱਕ ਵਾਰੀ ਫੇਰ ਬੋਲ ਦੋ, ਫਿਰ ਉੱਚੀ ਵਾਲ ਨਾ ਬੋਲ ਦੋ। ਹੁਣ ਜਲਦੀ ਜਲਦੀ ਇੱਕ ਹੋਰ ਵਚਨ ਕੱਢਾਂਗੇ। ਉਪਦੇਸ਼ਕ ਦੀ ਪੋਥੀ 5 ਬਾਬ ਉਹਦੀ 2, 3, 4, 5 ਮਿਹਰਬਾਨੀ ਕਰਕੇ ਪੜ੍ਹੋ, ਤੁਹਾਨੂੰ ਪਰਮੇਸ਼ਵਰ ਦੀ ਬੜੀ ਬਰਕਤ ਹੋਵੇ। ਹਾਂਜੀ, ਆਪਣੇ ਮੂੰਹ ਦੇ ਨਾਲ ਤੂੰ ਕਾਲੀ ਨਾ ਕਰ। ਆਪਾਂ ਜਲਦੀ ਜਲਦੀ ਕਾਲੀ ਦੇ ਨਾਲ ਕਰ ਦਿੰਦੇ ਹਾਂ, ਹਨਾ? ਆਪਣੇ ਮੂੰਹ ਦੇ ਨਾਲ ਕੀ ਕਾਲੀ ਨਾ ਕਰ, ਸੇਤੀ ਸੁੱਖਣਾ ਸੁੱਖ, ਹਨਾ? ਸੇਤੀ ਦੇ ਨਾਲ, ਮੂੰਹ ਦੇ ਨਾਲ ਕਾਲੀ ਨਾ ਕਰ। ਫਿਰ ਅਗਲਾ ਵਚਨ, ਤੇਰਾ ਮਨ ਪਰਮੇਸ਼ਵਰ ਦੇ ਸਾਹਮਣੇ ਸੇਤੀ ਦੇ ਨਾਲ ਕੁਝ ਨਾ ਆਖੇ, ਕੁਝ ਨਾ ਬੋਲੇ। ਸੇਤੀ ਦੇ ਨਾਲ ਤੇਰਾ ਮਨ, ਸੇਤੀ ਦੇ ਨਾਲ ਕੁਝ ਵੀ ਨਾ ਪਰਮੇਸ਼ਵਰ ਦੇ ਅੱਗੇ ਆਖੇ। ਅੱਗੇ ਪੜ੍ਹਾਂਗੇ, ਕਿਉਂ ਜੋ ਪਰਮੇਸ਼ਵਰ ਸਵਰਗ ਦੇ ਵਿੱਚ ਹੈ ਅਤੇ ਤੂੰ ਧਰਤੀ ਦੇ ਵਿੱਚ ਹੈ। ਤੂੰ ਕਿੱਥੇ ਹੈ? ਸਾਰੇ ਬੋਲੋ, ਤੂੰ ਕਿੱਥੇ ਹੈ? ਇੱਕ ਦੂਸਰੇ ਨੂੰ ਬੋਲੋ, ਤੂੰ ਕਿੱਥੇ ਹੈ? ਤੂੰ ਕਿੱਥੇ ਹੈ? ਤੂੰ ਧਰਤੀ ਤੇ ਆ ਤੇ ਪਰਮੇਸ਼ਵਰ ਜਿਹੜਾ ਹੈ ਉਹ ਸਵਰਗ ਦੇ ਵਿੱਚ ਹੈ। ਤੇਰੀਆਂ ਜਿਹੜੀਆਂ ਗੱਲਾਂ ਨੇ ਘੱਟ ਹੋਣ, ਤੇਰੀਆਂ ਕੀ ਗੱਲਾਂ ਹੋਣ? ਘੱਟ। ਬਾਦਲ ਸਾਹਿਬ ਜੀ, ਗੱਲਾਂ ਘੱਟ ਹੋਣ ਤੇ ਕੰਮ ਤੇਰੇ ਵੱਧ ਹੋਣ। ਇੱਕ ਬਾਦਲ ਸਾਡੇ ਕੋਲ ਵੀ ਬੈਠਾ, ਹਨਾ? ਗੱਲਾਂ ਘੱਟ ਤੇ ਕੰਮ, ਚੁੱਪ ਕਰ ਗਿਆ, ਕੀ ਗੱਲ, ਨਾਰਾਜ਼ ਹੋ ਗਏ ਹੋ? ਤੁਹਾਡੀਆਂ ਗੱਲਾਂ ਉੱਚੀ ਆਵਾਜ਼ ਨਾਲ ਬੋਲੋ, ਤੁਹਾਡੀਆਂ ਗੱਲਾਂ ਉੱਚੀ ਆਵਾਜ਼ ਨਾਲ, ਹੋਰ ਉੱਚੀ ਨਾ ਬੋਲੋ, ਤੁਹਾਡੀਆਂ ਗੱਲਾਂ, ਤੁਹਾਡੀਆਂ ਗੱਲਾਂ। ਫਿਰ ਨਿਆਣੇ ਬੋਲੇ, ਤੁਸੀਂ ਤੇ ਬੋਲਦੇ ਹੀ ਛੋਲੇ ਕੱਢ ਲਓ, ਕੋਈ ਗੱਲ ਨਹੀਂ ਕਿ ਤੁਸੀਂ ਵੀ ਮਰੀਮ ਦੀ ਡਿਊਟੀ ਲਾਈ ਹੈ। ਮਰੀਮ ਕੋ ਬੋਲੇ, ਤੁਸੀਂ ਬੋਲੋ। ਇਸ ਲਈ ਤੇਰੀਆਂ ਗੱਲਾਂ ਘੱਟ ਹੀ ਹੋਣ, ਕੰਮ ਜਿਹੜੇ ਉਹ ਵਧੀਕ ਹੋਣ। ਕੀ ਹੋਣ? ਕੰਮ ਪ੍ਰਭੂ ਦੇ ਲਈ ਵਧੀਕ ਹੋਣ, ਭਾਵ ਜ਼ਿਆਦਾ ਕੰਮ ਹੋਣ, ਪਰਮੇਸ਼ਵਰ ਦੇ ਲਈ ਕੰਮ ਜ਼ਿਆਦਾ ਹੋਣ ਤੇ ਗੱਲਾਂ। ਕਈ ਗੱਲਾਂ ਦੇ ਵਿੱਚ ਹੀ ਸਾਰ ਦਿੰਦੇ ਨੇ, ਗੱਲਾਂ ਚ ਨਹੀਂ ਸਾਰਨਾ, ਕੁਝ ਕਰਕੇ ਵਿਖਾਉਣਾ। ਪ੍ਰਭੂ ਦੇ ਲਈ ਕੁਝ ਕਰਨਾ ਹੈ, ਪ੍ਰਭੂ ਜੀ ਦੇ ਲਈ ਕੁਝ ਕਰਨਾ ਤੇ ਕਰੋਗੇ ਤੇ ਫੇਰ ਕਾਮਯਾਬੀ ਮਿਲੇਗੀ। ਗੱਲਾਂ ਨਾਲ ਕੜਾ ਨਹੀਂ ਬਣਾਉਣਾ,
ਤੇ ਜਦੋਂ ਜਿਹੜੇ ਕਰਨ ਵਾਲੇ ਹੁੰਦੇ ਨੇ ਉਹ ਗੱਲਾਂ ਨਹੀਂ ਕਰਦੇ, ਉਹ ਕਰਦੇ ਨੇ, ਤੇ ਫੁਕਰੇ ਤੇ ਤੁਹਾਨੂੰ ਇੰਨੇ ਲੱਭ ਜਾਣਗੇ ਨਾ ਜਿੰਨਾ ਕੋਈ ਹਿਸਾਬ ਨਹੀਂ। ਸਾਡੀ ਗਿਣਤੀ ਫੁਕਰਿਆਂ ਦੇ ਵਿੱਚ ਨਾ ਹੋਵੇ, ਸਾਡੀ ਗਿਣਤੀ ਵਿਸ਼ਵਾਸੀਆਂ ਦੇ ਵਿੱਚ ਹੋਵੇ। ਵਿਸ਼ਵਾਸੀ ਜਿਹੜੇ ਹੁੰਦੇ ਨੇ ਉਹ ਪਰਮੇਸ਼ਵਰ ਦੇ ਅੱਗੇ ਬੋਲਦੇ ਨਹੀਂ ਆ, ਉਹ ਡਰਦੇ ਨੇ ਤੇ ਪਰਮੇਸ਼ਵਰ ਦੇ ਲਈ ਕੰਮ ਕਰ ਕਰਕੇ ਪ੍ਰਭੂ ਨੂੰ ਵਿਖਾਉਂਦੇ ਨੇ। ਇੱਕ ਵਾਰੀ ਫੇਰ ਬੋਲ ਦੋ, ਉੱਚੀ ਆਵਾਜ਼ ਨਾਲ ਬੋਲਿਆ ਕਰੋ, ਤਾਲੀ ਵਜਾ ਕੇ ਬੋਲ ਦੋ ਇੱਕ ਵਾਰੀ, ਹੋਰ ਤਾਲੀ ਮਾਰੋ ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਦੇ ਲਈ, ਪ੍ਰਭੂ ਦੇ ਲਈ। ਕੀ ਹੁਣ ਕੰਮ ਵਧੀਕ ਹੋਣ, ਅੱਗੇ ਕੰਮ ਵਧੀਕ ਹੋਣ ਕਰਕੇ ਗੱਲਾਂ ਤੇ ਸੁਪਨੇ ਵਧੀਕ ਹੋਣ ਕਰਕੇ ਮੂਰਖ ਦੀ ਆਵਾਜ਼ ਆਉਂਦੀ ਹੈ। ਮੂਰਖ ਦੀ ਆਵਾਜ਼ ਆ ਇਹ, ਜਿਹੜੀਆਂ ਗੱਲਾਂ ਘੱਟ ਨੇ ਤੇ ਕੰਮ ਵੱਧ ਨੇ, ਇਹ ਕਿੰਨਾ ਦੇ ਨੇ? ਨਹੀਂ ਨਹੀਂ ਨਹੀਂ, ਸੁਪਨੇ ਦੀਆਂ ਗੱਲਾਂ ਕੰਮਾਂ ਦੇ ਦੁਆਰਾ ਜ਼ਿਆਦਾ ਗੱਲਾਂ ਤੁਹਾਡੀਆਂ ਹੋਣ। ਅਗਲੇ ਵਚਨ ਨੂੰ ਆਪਾਂ ਥੋੜਾ ਜਿਹਾ ਹੋਰ, ਹੁਣ ਹੁਣ ਸੁਣੋ ਬੜੇ ਧਿਆਨ ਦੇ ਨਾਲ, ਜਦ ਤੂੰ ਪਰਮੇਸ਼ਵਰ ਦੇ ਅੱਗੇ ਸੁਖਣਾ ਸੁਖੇ, ਤੂੰ ਦੇਣ ਦੇ ਵਿੱਚ ਢਿੱਲ ਨਾ ਲਾ। ਫਿਰ ਪੜਾਂਗੇ, ਜਦ ਤੂੰ ਪਰਮੇਸ਼ਵਰ ਦੇ ਅੱਗੇ ਸੁਖਣਾ ਸੁਖੇ, ਜਦ ਤੂੰ ਪਿਤਾ ਪਰਮੇਸ਼ਵਰ ਦੇ ਅੱਗੇ ਸੁਖਣਾ ਸੁਖੇ, ਤਾਂ ਉਹਦੇ ਦੇਣ ਵਿੱਚ ਢਿੱਲ ਨਾ ਲਾ, ਢਿੱਲ ਨਾ ਲਾ, ਢਿੱਲ ਨਾ ਲਾ। ਅੱਗੇ ਵਧਾਂਗੇ, ਕਿਉਂ ਜੋ ਉਹ ਦੇ ਕੀ ਹੋ ਗਿਆ, ਕਿਉਂ ਜੋ ਉਹ ਮੂਰਖਾਂ ਨਾਲ ਪ੍ਰਸੰਨ ਨਹੀਂ ਹੁੰਦਾ, ਕਿਉਂ ਜੋ ਉਹ ਮੂਰਤਾਂ ਮੂਰਖਾਵਾਂ ਦੇ ਨਾਲ ਪਸੰਦ ਹੁੰਦਾ, ਪ੍ਰਸੰਨ ਨਹੀਂ ਹੁੰਦਾ। ਮੂਰਖਤਾਈ ਜਿਹੜੀ ਆ ਉਹ ਪ੍ਰਭੂ ਨੂੰ ਪਸੰਦ ਨਹੀਂ ਆ, ਇਹ ਮੂਰਖਤਾਈ ਆ, ਮੂੰਹ ਦੇ ਵਿੱਚੋਂ ਬੋਲ ਬੋਲ ਦੇਣੇ, ਇਹ ਮੂਰਖਤਾਈ ਆ, ਮੂੰਹ ਦੇ ਵਿੱਚੋਂ ਸੇਤੀ ਦੇ ਨਾਲ ਵੱਡੀਆਂ ਵੱਡੀਆਂ ਫੌੜਾਂ ਮਾਰ ਦੇਣੀਆਂ, ਵੱਡੇ ਵੱਡੇ ਫੌੜ ਮਾਰ ਦੇਣੇ। ਇਹ ਜਿਹੜੀ ਜ਼ਬਾਨ ਆ ਨਾ, ਇਹ ਬੜੀ ਚੰਚਲ ਜ਼ਬਾਨ ਆ, ਇਹ ਕੀ ਕਰਦੀ ਆ, ਵੱਡੇ ਵੱਡੇ ਫੌੜ ਮਾਰਦੀ ਤੇ ਪਾਪ ਦੇ ਵਿੱਚ ਲੈ ਕੇ ਚਲੀ ਜਾਂਦੀ ਆ, ਵੱਡੇ ਵੱਡੇ ਫੌੜ ਮਾਰਦੀ ਆ, ਟਲਦੀ ਨਹੀਂ ਆ। ਇਹ ਪ੍ਰਭੂ ਨੂੰ ਪਸੰਦ ਨਹੀਂ। ਹੁਣ ਅੱਗੇ ਹੋਰ ਵਧਾਂਗੇ, ਹੁਣ ਸੁਣੋ ਬੜੇ ਧਿਆਨ ਦੇ ਨਾਲ, ਇਹ ਗੱਲਾਂ ਜਿਹੜੀਆਂ ਤੁਸੀਂ ਬੋਲ ਦਿੰਦੇ ਹੋ ਨਾ, ਮੈਂ ਇਸ ਕਰਕੇ ਕਹਿਣ ਡਿਆ, ਮੈਨੂੰ ਬੜੀਆਂ ਭੈਣਾਂ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬੱਚੇ ਦਿੱਤੇ, ਤੁਸੀਂ ਵੀ ਜਾਣਦੇ ਹੋ ਉਹਨਾਂ ਭੈਣਾਂ ਨੂੰ, ਉਹਨਾਂ ਭੈਣਾਂ ਨੇ ਸੁਖਣਾ ਸੁਖੀਆਂ ਹੀ
ਕਿ ਪਾਸਟਰ ਨੂੰ ਜਦੋਂ ਅਸੀਂ ਭਵਨ ਦੇ ਵਿੱਚ ਮੁੰਡਾ ਲੈ ਕੇ ਆਵਾਂਗੇ, ਢੋਲ ਦੇ ਨਾਲ ਲੈ ਕੇ ਆਵਾਂਗੇ, ਢੋਲ ਢਮੱਟੇ ਦੇ ਨਾਲ, ਤੇ ਪਾਸਟਰ ਨੂੰ ਮੁੰਦਰੀਆਂ ਪਾਉਣੀਆਂ। ਬੋਲੋ ਹਾਲੇਲੂਯਾ। ਅਜੇ ਤੱਕ ਨਹੀਂ ਮਿਲੋ, ਮੇਰੇ ਹੱਥ ਖਾਲੀ ਹੈ। ਬੋਲੋ ਹਾਲੇਲੂਯਾ। ਉਹ ਜਿਹੜੀਆਂ ਮੁੰਦਰੀਆਂ ਸਾਡੀਆਂ, ਜਿਹੜਾ ਸਾਡਾ ਸੋਨਾ ਥੋੜਾ ਬਹੁਤ ਹੈਗਾ ਸੀ, ਉਹ ਵੀ ਪਿੱਛੇ ਜੇ ਚੋਰ ਲੈ ਗਏ। ਬੋਲੋ ਹਾਲੇਲੂਯਾ। ਅਸੀਂ ਲੁਧਿਆਣੇ ਬੰਦਗੀ ਤੇ ਹਾਂ, ਮਗਰੋਂ ਚੋਰ ਆਏ ਲੈ ਕੇ ਗਾਂ ਚੱਲ ਗਏ, ਸਾਡਾ ਘਰ ਤੋੜਤਾ। ਬੋਲੋ ਹਾਲੇਲੂਯਾ। ਪਰ ਖੁਦਾ ਦਾ ਸ਼ੁਕਰ ਹੈ, ਹੁਣ ਸੋਨਾ ਨਹੀਂ ਆ, ਚੋਰ ਵੀ ਨਹੀਂ ਆਉਂਦੇ, ਹੈ ਨਾ। ਉਹਨਾਂ ਭੈਣਾਂ ਨੇ ਸੁੱਖਣਾ ਸੁੱਖੀ, ਉਹਨਾਂ ਤੱਕ ਵਚਨ ਪਹੁੰਚਾ ਦਿਓ ਮਿਹਰਬਾਨੀ ਕਰਕੇ। ਹੈ ਕੀ ਲਿਖਿਆ, ਪੜ੍ਹ ਦੋ ਜਲਦੀ ਜਲਦੀ। ਜਿਹੜੀ ਸੁੱਖਣਾ ਤੈਂ ਸੁੱਖੀ ਹੈ, ਉਹ ਤੂੰ ਕੀ ਕਰ ਦੇ, ਸੁੱਟ ਢਿੱਲ ਨਾ ਲਾ। ਹੁਣ ਨਾ ਢਿੱਲ ਲਾਉਣ ਕਰ, ਨਾ ਦੇਣ ਕਰਕੇ ਕੀ ਹੁੰਦਾ, ਜਦੋਂ ਅਸੀਂ ਸੁੱਖਣ ਸੁੱਖਦੇ ਹਾਂ ਤੇ ਨਹੀਂ ਦਿੰਦੇ ਤੇ ਕੀ ਹੁੰਦਾ ਫਿਰ? ਸੁਣੀਏ, ਪਰਮੇਸ਼ਵਰ, ਹਾਂਜੀ, ਉਹਨਾਂ ਤੋਂ ਪਰਮੇਸ਼ਵਰ ਕਦੇ ਪ੍ਰਸੰਨ ਨਹੀਂ ਹੁੰਦਾ, ਉਹਨਾਂ ਤੋਂ ਕਦੇ ਖੁਸ਼ ਨਹੀਂ ਹੁੰਦਾ, ਉਹਨਾਂ ਤੋਂ ਉਹਦਾ ਮਨ ਪਰਮੇਸ਼ਵਰ ਦਾ ਦੁਖੀ ਹੀ ਰਹਿੰਦਾ। ਅਗਲਾ ਵਚਨ ਬੋਲੋ ਹਾਲੇਲੂਯਾ। ਜਦੋਂ ਆਪਾਂ ਅੱਗੇ ਪੜ੍ਹਦੇ ਹਾਂ, ਇੱਕ ਥਾਂ ਲਿਖਿਆ, ਨਹੀਂ ਤਾਂ ਤੇਰੇ ਤੇ ਕੀ ਆ ਜਾਏਗੀ, ਬਹੁਤ ਵੱਡੀ ਆਫਤ ਆ ਜਾਏਗੀ, ਤੇਰੇ ਤੇ ਵੱਡੀ ਪਰੇਸ਼ਾਨੀ ਆ, ਤੇਰੇ ਤੇ ਦੁੱਖ ਆ ਜਾਏਗਾ, ਤੂੰ ਇਸ ਕਰਕੇ ਢਿੱਲ ਨਾ ਲਾ, ਤੇ ਤੂੰ ਕੀ ਕਰ, ਜਲਦੀ ਜਲਦੀ ਉੱਠ ਤੇ ਆਪਣੀ ਸੁੱਖਣਾ ਕੀ ਕਰ, ਪੂਰੀ ਕਰ। ਖੁਦਾ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ। ਇੱਕ ਵਾਰੀ ਤਾਲੀ ਮਾਰ ਦਿਓ।